सिंघा जी यूके ब्रिटिश सिटी जाना जो कि ब्रिटिश आर्मी के जॉब कर रहा कि मेरी मदर नहीं सी ठीक अनफॉर्चुनेटली एक्सपायर हो गए ने उन्होंने रीजन च मैनू इतने आना पे जी की प्रॉपर्टी सी पुड्डा कलोनी 259 नंबर जिदे कि नजायज कब्जा चल रहा है लेडी का वह खाली नहीं सी कर रही एक्सक्यूज ते एक्सक्यूज दे रही सी जो मेरी वी आर न्यूज चैनल ना गल हुई सी उस तो बाद उन्होंने शेयर की कुलदीप सिंह धालीवाल साहब ना उन्होंने जिक्र किया कुलदीप सिंह धालीवाल जी ने डीसी साहब गुरदासपुर श्री हिमांशु अग्रवाल जी की ड्यूटी लगाई सी उन्होंने बाखूबी अपनी ड्यूटी निभाई तहसीलदार साहब ने कल मैनू 7 बजे चाबियां हैंड ओवर कर दी ਧਾਲੀਵਾਲ ਸਾਹਿਬ ਹੁਣ ਕੱਲ ਲਾਈਵ ਹੋ ਕੇ ਤੁਹਾਡਾ ਜ਼ਿਕਰ ਕੀਤਾ ਜੀ ਕਿੰਨਾ ਵਧੀਆ ਆਪਣਾ ਲੱਗਿਆ ਇਹਨਾਂ ਦੀ ਐਫਰਟ ਮੈਂ ਸਲੂਟ ਕਰਦਾ ਜੀ ਇਹੋ ਜੇ ਐਨਆਰਆਈ ਦੀ ਸਪੋਰਟ ਕਰਨ ਵਾਲੇ ਸਾਨੂੰ ਚਾਹੀਦੇ ਨੇ ਪੰਜਾਬ ਦੇ ਵਿੱਚ ਜੇ ਕਿ ਅਸੀਂ ਕੋਈ ਵੀ ਇਨਵੈਸਟਮੈਂਟ ਕਰਨੀ ਚਾਹੀਏ ਤਾਂ ਅਸੀਂ ਕਰ ਸਕੀਏ ਆਪਣੇ ਆਪ ਨੂੰ ਸੇਫ ਸਮਝੀਏ ਜ਼ਰੂਰ ਇਹਨਾਂ ਵਰਗੇ ਸਾਨੂੰ ਸੁਪਰ ਹੀਰੋ ਚਾਹੀਦੇ ਜੇ ਬੁਲਟ ਟ੍ਰੇਨਮੈਂਟ ਨੂੰ ਇਹਨਾਂ ਕੰਮ ਕੀਤਾ ਜੀ ਕੀ ਲੱਗਦਾ ਕਿ ਪਿਛਲੀਆਂ ਸਰਕਾਰਾਂ ਦੀ ਬਦੌਲਤ ਨਾਕਾਮੀਆਂ ਕਰਕੇ ਤੁਹਾਡੇ ਕਬਜ਼ੇ ਹੋਏ ਕਿਉਂਕਿ ਤੁਸੀਂ ਉੱਥੇ ਸਰਵਿਸ ਕਰ ਰਹੇ ਹੋ ਤੇ ਇੱਥੇ ਤੁਹਾਡੇ ਕਬਜ਼ੇ ਹੋ ਰਹੇ ਤੁਸੀਂ ਉੱਥੇ ਨਾਮ ਰੋਸ਼ਨ ਕਰ ਰਹੇ ਹੋ ਦੇਸ਼ ਦਾ ਆਰਮੀ ਦੇ ਵਿੱਚ ਤੇ ਇੱਥੇ ਸਰਕਾਰਾਂ ਤੁਹਾਡੇ ਨਜਾਇਜ਼ ਕਬਜ਼ੇ ਕਰਵਾ ਰਹੀਆਂ ਸੀ ਬਿਲਕੁਲ ਬਿਲਕੁਲ ਜੀ ਪਹਿਲੀਆਂ ਸਰਕਾਰਾਂ ਨੇ ਬਹੁਤ ਕੁਝ ਕੀਤਾ ਜੀ ਹੁਣ ਮੈਂ ਕਹਿ ਨਹੀਂ ਸਕਦਾ ਨਾ ਮੈਂ ਕਹਿਣਾ ਚਾਹੁੰਦਾ ਬਹੁਤ ਕੁਝ ਉਹਨਾਂ ਨੇ ਕਿੰਨੇ ਚਿਰ ਨਜਾਇਜ਼ ਕਬਜ਼ੇ ਜੇ ਕੁਝ ਹੋ ਜਾਂਦਾ ਤੇ ਕੋਈ ਕੰਪਰੋਮਾਈਜ਼ ਤੇ ਕੁਝ ਵੀ ਹੋ ਸਕਦਾ ਸੀ ਪਰ ਧਾਲੀਵਾਲ ਸਾਹਿਬ ਨੇ ਓਨੈਸਟਲੀ ਜਿਹੜਾ ਐਕਸ਼ਨ ਆਨਲਾਈਨ ਹੋ ਗਿਆ ਕਿੰਨੇ ਚਿਰ ਨਜਾਇਜ਼ ਕਬਜ਼ਾ ਸੀ ਕਿੰਨੇ ਚਿਰ ਨਜਾਇਜ਼ ਕਬਜ਼ਾ ਕੀਤਾ ਸੀ ਉਹਨਾਂ ਨੇ ਇਹ ਨਜਾਇਜ਼ 2.5 ਸਾਲ ਤੋਂ ਰਹਿ ਰਹੇ ਸੀਗੇ ਜੀ ਪਰ ਇਹਨਾਂ ਨੂੰ ਆਪਾਂ 4 ਮਹੀਨੇ ਤੋਂ 5 ਮਹੀਨੇ ਦਾ ਟਾਈਮ ਦੇਤਾ ਸੀ ਛੱਡ ਨਹੀਂ ਸੀ ਰਹੇ ਹੁਣ ਕਿੰਨੇ ਟਾਈਮ ਤੋਂ ਤੁਸੀਂ ਧਾਲੀਵਾਲ ਸਾਹਿਬ ਨੂੰ ਕਿਹਾ ਤੇ ਉਸ ਟਾਈਮ ਕਿੰਨੇ ਚਿਰ ਦਾ ਐਕਸ਼ਨ ਹੋ ਗਿਆ ਤੁਹਾਨੂੰ ਘੱਟੋ ਘੱਟ ਮੈਨੂੰ ਲੱਗਦਾ ਮੈਂ ਸਾਡੇ ਸਾਹਮਣੇ ਇੰਗਲੈਂਡ ਵਾਸੀ ਆਪਣੇ ਇੱਥੇ ਆ ਗਏ ਤੁਹਾਡੇ ਨਾਲ ਗੱਲ ਕਰ ਰਹੇ ਸੀ ਇਹਨਾਂ ਦੀ ਕੱਲ ਸਵੇਰੇ ਹੀ ਮੇਰਾ ਐਨਆਰਆਈ ਕੱਲ ਸੰਮੇਲਨ ਸੀਗਾ ਲੁਧਿਆਣੇ ਤੇ ਮੈਂ ਚੰਡੀਗੜ੍ਹ ਤੋਂ ਆ ਰਿਹਾ ਜਦੋਂ ਇਹਨਾਂ ਦੀ ਮੈਨੂੰ ਕੰਪਲੇਂਟ ਮਿਲੀ ਕਿ ਇਹਨਾਂ ਦਾ ਘਰ ਕਿਸੇ ਨੇ ਕਬਜ਼ਾ ਕਰ ਲਿਆ ਮੈਂ ਉਸ ਵੇਲੇ ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਜਿਹੜੇ ਉਹਨਾਂ ਦੀ ਡਿਊਟੀ ਲਾ ਕੇ ਉਹ ਸ਼ਾਮ ਤੱਕ ਇਹਨਾਂ ਦਾ ਘਰ ਜਿਹੜਾ ਖਾਲੀ ਉਹਦੇ ਇਹਨਾਂ ਨੂੰ ਚਾਬੀਆਂ ਮਿਲ ਘਰ ਬਣਾਉਣਾ ਬਹੁਤ ਔਖਾ ਇੰਡੀਆ ਚ ਬਹੁਤ ਮਹਿੰਗਾਈ ਹੈ ਮੈਂ ਬਸ ਸਾਰੀ ਦੁਨੀਆ ਦੇ ਐਨਆਰਆਈਜ਼ ਨੂੰ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਪੰਜਾਬ ਚ ਆਉਣ ਉਹਨਾਂ ਦੀ ਜਾਨ ਮਾਲ ਉਹਨਾਂ ਦੀ ਪ੍ਰਾਪਰਟੀ ਦੀ ਰਾਖੀ ਕਰਨ ਲਈ ਸਾਡੀ ਖਲਾਕੀ ਡਿਊਟੀ ਹੈ ਔਰ ਮਾਨ ਸਾਹਿਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਮੇਰੀ ਡਿਊਟੀ ਹੈ ਕਿਉਂਕਿ ਮਹਿਕਮਾ ਮੇਰੇ ਕੋਲ ਹੈ ਤੇ ਮੈਂ ਆਪਣੀ ਡਿਊਟੀ ਤਨਦੇਹੀ ਦੇ ਨਾਲ ਕਰ ਰਿਹਾ ਔਰ ਮੈਂ ਇਹਨਾਂ ਦੇ ਨੂੰ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ ਦੇ ਹੁੰਦਿਆਂ ਤੇ ਮੇਰੇ ਹੁੰਦਿਆਂ ਪੰਜਾਬ ਤੁਹਾਡੀ ਪ੍ਰਾਪਰਟੀ ਤੇ ਕੋਈ ਬੰਦਾ ਕਬਜ਼ਾ ਨਹੀਂ ਕਰ ਸਕਦਾ ਜਦੋਂ ਮਰਜ਼ੀ ਆ ਜਦੋਂ ਮਰਜ਼ੀ ਤੁਸੀਂ ਦੱਸੋਗੇ ਉਸੇ ਰਿਐਕਸ਼ਨ ਜਿਹੜਾ ਹੋਊਗਾ ਸਰ ਕਿਸ ਦੀ ਨਾਲ ਹੈ ਕਿ ਜਿਹੜੀ ਪਾਈ ਗਈ